ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਅੱਜ ਦਿਨ ਸੋ ਨਵੀਂ ਨੋਟੀਫਿਕੇਸ਼ਨ ਦਿਨੇ ਪਾਉਂਗੇ ਕਿ ਸਰਜਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਗਵਰਨਮੈਂਟ ਜੌਬ ਦੀ ਕੋਈ ਨਿਊਜ਼ ਹੋਵੇ ਤੇ ਆਪਣੀ ਲਾਈਵ ਜਿਹੜੀ ਪੀਐਸ ਚੈਟ ਦੀ ਕਲਾਸ ਚੱਲਦੀ ਹੈ ਰਾਤ ਨੂੰ 9 ਤੋਂ 10 ਜਿਹੜੇ ਵੀ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਿਹਾ ਉਹ 9 ਤੋਂ 10 ਰਾਤ ਨੂੰ ਜਿਹੜੀ ਕਲਾਸ ਚੱਲਦੀ ਹੈ ਲਾਈਵ ਪੀਐਸ ਚੈਟ ਦੀ ਉਹਨੂੰ ਜਰੂਰ ਵੇਖਿਆ ਕਰੋ ਕਿਉਂਕਿ ਉਹ ਮੋਕ ਟੈਸਟ ਜਿਹੜਾ ਹੈਗਾ ਤੁਹਾਡਾ ਕੰਫੀਡੈਂਸ ਵਧਾਉਂਦਾ ਹੈ ਲੈਵਲ ਵਧਾਉਂਦਾ ਹੈ ਤਾਂ ਜਰੂਰ ਸਾਰੇ ਕੈਂਡੀਡੇਟ ਮੋਕ ਟੈਸਟ ਲਾਈਵ ਲਗਾਇਆ ਕਰੋ ਆਪਣੇ ਚੈਨਲ ਤੇ ਤੇ ਹੁਣ ਆਪਾਂ ਕਰਦੇ ਆਂ ਪੰਜਾਬੀ ਦਾ ਗੋਂ ਕਿਰਿਆ ਵਿਸ਼ੇਸ਼ਣ ਤੇ ਉਸ ਦੀਆਂ ਕਿਸਮਾਂ ਕੱਲ ਆਪਾਂ ਯੋਜਕ ਵਿਸ਼ਮਿਕ ਦੇ ਸੰਬੰਧਕ ਦੀ ਜਿਹੜੀ ਟੌਪਿਕ ਸੀ ਉਹ ਕਵਰ ਕੀਤਾ ਸੀ ਤਾਂ ਜਿਹੜੇ ਕੈਂਡੀਡੇਟ ਨੇ ਉਹ ਤਿੰਨੋਂ ਟੌਪਿਕ ਨਹੀਂ ਦੇਖੇ ਤਾਂ ਤੁਸੀਂ ਉਹ ਵੀ ਵੀਡੀਓ ਚੈਨਲ ਤੇ ਪਈਆਂ ਤੁਸੀਂ ਦੇਖ ਸਕਦੇ ਹੋ ਉਹ ਵੀ ਇੰਪੋਰਟੈਂਟ ਟੌਪਿਕ ਸੀ ਤੇ ਇਹ ਵੀ ਇੰਪੋਰਟੈਂਟ ਟੌਪਿਕ ਹੈ ਕਿਰਿਆ ਵਿਸ਼ੇਸ਼ਣ ਤੇ ਕਿਸਮਾਂ ਕਉਕੀ ਟੋਪਿਕ ਆਪਾਂ ਸਾਰੇ ਕਵਰ ਕਰਾਂਗੇ ਪਤਾ ਨਹੀਂ ਕਿਸ ਟੋਪਿਕ ਵਿੱਚੋਂ ਜਿਹੜਾ ਕੁਐਸਚਨ ਨਿਕਲ ਕੇ ਆਵੇ ਤਾਂ ਆਪਾਂ ਸਾਰੇ ਟੋਪਿਕ ਨੂੰ ਟੋਟਲੀ ਕਵਰ ਕਰਾਂਗੇ ਤਾਂ ਹੁਣ ਆਪਾਂ ਕਰਦੇ ਹਾਂ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਤੇ ਉਹਨੀਆਂ ਕਿਸਮਾਂ ਕੀ ਐ ਤਾਂ ਪੜ੍ਹਦੇ ਆਂ ਆਪਾਂ ਫਸਟ ਕਿ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਅੱਗੋ ਲਿਖਿਆ ਅਰਥਾਤ ਕਿਰਿਆ ਦੇ ਹੋਣ ਦੇ ਸਮੇਂ ਕਾਰਨ ਥਾਂ ਆਦਿ ਬਾਰੇ ਦੱਸੇ ਉਸ ਸ਼ਬਦ ਨੂੰ ਕੀ ਕਿਹਾ ਜਾਂਦਾ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਅਪਾ ਫਿੱਟ ਪੜਦੇ ਹਨ ਜੋ ਚਬਦ ਕਿਰਿਆ ਦੀ ਵਿਸ਼ੇਸ਼ਤਾ ਨੂੰ ਦੱਸੇ ਅਰਥਾਤ ਕਿਰਿਆ ਦੇ ਹੋਣ ਦਾ ਸਮਾਂ ਵੀ ਦੱਸੇ ਉਹਦਾ ਕਾਰਨ ਵੀ ਦੱਸੇ ਥਾਂ ਵੀ ਦੱਸੇ ਤਾਂ ਉਸ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਪੱਖਾ ਹੌਲੀ-ਹੌਲੀ ਚੱਲਦਾ ਹੈ ਤੇ ਉਹ ਜੋਰ-ਜੋਰ ਨਾਲ ਹੱਥ ਹਿਲਾ ਰਹੇ ਸਨ ਇੱਥੇ ਕੀ ਹੈ ਹੌਲੀ-ਹੌਲੀ ਤੇ ਜੋਰ-ਜੋਰ ਇਹ ਕੀ ਹੈ ਕਿਰਿਆ ਵਿਸ਼ੇਸ਼ਣ ਹੈ ਮਤਲਬ ਜਿਹੜੇ ਹੌਲੀ-ਹੌਲੀ ਤੇ ਜੋਰ-ਜੋਰ ਹੈ ਕਿ ਇਹ ਕਿਰਿਆ ਵਿਸ਼ੇਸ਼ਣ ਹੈ ਜਿਹੜੇ ਇਹ ਦੋ ਸ਼ਬਦ ਹੈ ਇਹ ਜਿਹੜੀਆਂ ਕਿਰਿਆਵਾਂ ਹੋ ਰਹੀਆਂ ਉਹਨਾਂ ਦੀ ਵਿਸ਼ੇਸ਼ਤਾ ਨੂੰ ਦਰਸਾ ਰਹੇ ਹੈ ਜਿਵੇਂ ਪੱਖਾ ਹੌਲੀ-ਹੌਲੀ ਚੱਲਦਾ ਹੈ ਜਿਹੜੀ ਕਿਰਿਆ ਹੋ ਰਹੀ ਹੈ ਕਿਰਿਆ ਦੇ ਭਾਵ ਨੂੰ ਜਿਹੜਾ ਦਰਸਾ ਰਿਹਾ ਕਿ ਪੱਖਾ ਕੀ ਹੈ ਹੌਲੀ-ਹੌਲੀ ਚੱਲ ਰਿਹਾ ਹੈ ਤੇ ਉਦੋਂ ਬਾਅਦ ਆ ਕਿ ਉਹ ਜੋਰ-ਜੋਰ ਨਾਲ ਕੀ ਕਰ ਰਿਹਾ ਹੈ ਹੱਥ ਮਿਲਾ ਰਿਹਾ ਹੈ ਹੁਣ ਨੈਕਸਟ ਅਗੋਂ ਆਪਾਂ ਐਕਸਪਲੇਨੇਸ਼ਨ ਪੜ੍ਹਦੇ ਹਾਂ ਹੋਰ ਵੀ ਕਿ ਬੜੀ ਸੋਹਣੀ ਪੁਸਤਕ ਵਿੱਚ ਜਿਹੜਾ ਸ਼ਬਦ ਆਇਆ ਬੜੀ ਤੇ ਇਹ ਜਿਹੜੀ ਪੁਸਤਕ ਹੈ ਪੁਸਤਕੀ ਇਕਨਾਵ ਹੈ ਉਹਦੀ ਵਿਸ਼ੇਸ਼ਤਾ ਨੂੰ ਦਰਸਾ ਰਹੀ ਹੈ ਕਿ ਪੁਸਤਕ ਕੀ ਹੈ ਬੜੀ ਸੋਹਣੀ ਹੈ ਤਾਂ ਹੁਣ ਦੇਖੋ ਸੋਹਣੀ ਪੁਸਤਕ ਤੇ ਬੜੀ ਸੋਹਣੀ ਪੁਸਤਕ ਦੇ ਵਾਕੰਸ਼ਾਂ ਵਿੱਚ ਕੋਈ ਕਿਰਿਆ ਨਹੀਂ ਹੈ ਇਹਨਾਂ ਵਿੱਚ ਕੋਈ ਕਿਰਿਆ ਤਾਂ ਆ ਹੀ ਨਹੀਂ ਕਿਉਂਕਿ ਦੇਖੋ ਉੱਤੇ ਵਾਲੇ ਵਾਕ ਦੇ ਵਿੱਚ ਕਿਰਿਆ ਸੀ ਕਿ ਪੱਖਾ ਕੰਮ ਕਰ ਰਿਹਾ ਹੈ ਆਪਦਾ ਮਤਲਬ ਚੱਲ ਰਿਹਾ ਹੈ ਉਹ ਜੋਰ-ਜੋਰ ਨਾਲ ਹੱਥ ਹਿਲਾ ਰਿਹਾ ਮਤਲਬ ਉਹ ਹੀ ਕੋਈ ਕਿਰਿਆ ਕਰ ਰਿਹਾ ਕੰਮ ਕਰ ਰਿਹਾ ਕਿ ਉਹ ਜੋਰ-ਜੋਰ ਨਾਲ ਹੱਥ ਹਿਲਾ ਰਿਹਾ ਹੈ ਤਾ ਕਰਕੇ ਬੜੀ ਸੋਹਣੀ ਪੁਸਤਕ ਇਹਦੇ ਵਿੱਚ ਕੋਈ ਕਿਰਿਆ ਤਾਂ ਆਈ ਨਹੀਂ ਤਾਂ ਇਸ ਲਈ ਬੜੀ ਇੱਥੇ ਕਿਰਿਆ ਵਿਸ਼ੇਸ਼ਣ ਨਹੀਂ ਹੈ ਬੜੀ ਤੇ ਸੋਹਣੀ ਮਿਲ ਕੇ ਦੋਵੇਂ ਕੀ ਕਰਦੇ ਆ ਇੱਕੋ ਨਾਮ ਪੁਸਤਕ ਦੀ ਵਿਸ਼ੇਸ਼ਤਾ ਹੀ ਦਰਸਾਉਂਦੇ ਹਨ ਵੇਖੋ ਤੁਸੀਂ ਬੜੀ ਤੇ ਸੋਹਣੀ ਦੋਵੇਂ ਸ਼ਬਦ ਮਿਲ ਕੇ ਕੀ ਕਰਦੇ ਆ ਪੁਸਤਕ ਦੀ ਵਿਸ਼ੇਸ਼ਤਾ ਨੂੰ ਦਰਸਾ ਰਹੇ ਆ ਇੰਜ ਬੜੀ ਵੀ ਵਿਸ਼ੇਸ਼ਣ ਹੈ ਇਸੇ ਆਧਾਰ ਤੇ ਅੱਗੋਂ ਆਪਾਂ ਪੜ੍ਹਦੇ ਆ ਗੂੜੀ ਕਾਲੀ ਪੱਗ ਤੇ ਜੜਾ ਜਰਾ ਥੋੜਾ ਮਿੱਠਾ ਵਿੱਚ ਗੂੜੀ ਤੇ ਜਰਾ ਇਹ ਵੀ ਕੀ ਹੈ ਵਿਸ਼ੇਸ਼ਣ ਹੈ ਕਿਉਂਕਿ ਇਹਨਾਂ ਚ ਵੀ ਕੋਈ ਕਿਰਿਆ ਨਹੀਂ ਹੋ ਰਹੀ ਤਾਂ ਕਹ ਕੇ ਗੂੜੀ ਤੇ ਜਰਾ ਇਹ ਵੀ ਕੀ ਇੱਥੇ ਵਿਸ਼ੇਸ਼ਤਾ ਨੂੰ ਦੱਸ ਰਹੇ ਆ ਤਾਂ ਤੁਸੀਂ ਦੱਸਿਆ ਜਰੂਰ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਲੱਗਦੀ ਹੈ ਕਿਉਂਕਿ ਜਿੰਨਾ ਹੋ ਸਕਦਾ ਸੀ ਵੱਧ ਤੋਂ ਵੱਧ ਸਮਝਉਂਦੀ ਬਹੁਤ ਵਧੀਆ ਢੰਗ ਨਾਲ ਸੁੱਖ ਢੰਗ ਨਾਲ ਤੁਹਾਨੂੰ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਜਲਦੀ ਤੋਂ ਜਲਦੀ ਸਮਝ ਲੱਗੇ ਹੁਣ ਆਪਾਂ ਕਰਦੇ ਆ ਕਿਰਿਆ ਵਿਸ਼ੇਸ਼ਣ ਦੀ ਪ੍ਰਕਾਰਵੰਡ ਕਿ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੀ ਹੈ ਕਿ ਕਿਰਿਆ ਵਿਸ਼ੇਸ਼ਣ ਦੇ 8 ਭੇਦ ਹਨ ਉੱਤੇ ਲਿਖਿਆ ਹੈ ਕਿ ਪੰਜਾਬੀ ਵਿੱਚ ਤੁਸੀਂ ਯਾਦ ਰੱਖਣਾ ਕਿਰਿਆ ਵਿਸ਼ੇਸ਼ਣ ਦੇ 8 ਭੇਦ ਹਨ ਪਹਿਲਾ ਕਾਲਵਾਚਕ ਦੂਜਾ ਸਥਾਨਵਾਚਕ ਪ੍ਰਕਾਰਵਾਚਕ ਮਿੰਤੀਵਾਚਕ ਸੰਖਿਆਵਾਚਕ ਨਿਰਣਾਵਾਚਕ ਕਾਰਨਵਾਚਕ ਤੇ ਤੱਗੀਦਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ 8 ਭੇਦਾਂ ਕਿਰਿਆ ਵਿਸ਼ੇਸ਼ਣ ਦੇ ਤੁਸੀਂ ਯਾਦ ਰੱਖਣੇ ਹਨ ਹੁਣ ਆਪਾਂ ਅਗੋਂ ਇਹਨਾਂ ਦੀ ਐਕਸਪਲੇਨੇਸ਼ਨ ਵੀ ਪੜ੍ਹਦੇ ਆਂ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖੋ ਕਿਉਂਕਿ ਕੋਈ ਪਤਾ ਨਹੀਂ ਕਿੱਥੋਂ ਜਿਹੜਾ ਕੁਐਸਚਨ ਬਣ ਜੇ ਤੁਸੀਂ ਸਾਰੇ ਟੌਪਿਕ ਨੂੰ ਤਿਆਰ ਕਰਨਾ ਹੈ ਲਾਸਟ ਤੱਕ ਤੁਹਾਨੂੰ ਸਾਰੇ ਟੌਪਿਕ ਅਸੀਂ ਤਿਆਰ ਕਰਵਾਵਾਂਗੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਹੜਾ ਕਿਰਿਆ ਵਿਸ਼ੇਸ਼ਣ ਵਾਕ ਦੀ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਕਰੇ ਉਸਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਹੜਾ ਕਿਰਿਆ ਵਿਸ਼ੇਸ਼ਣ ਵਾਕ ਦੀ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਕਰੇ ਉਸਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਰਵੀ ਹੁਣੇ-ਹੁਣੇ ਆਵੇਗਾ ਕਿਰਿਆ ਵਿਸ਼ੇਸ਼ਣ ਕੀ ਹੈ ਹੁਣੇ-ਹੁਣੇ ਉਹ ਸਾਰੀ ਰਾਤ ਉਡੀਕ ਕੇ ਮੁੜ ਗਏ ਤਾਂ ਇੱਥੇ ਕੀ ਹੈ ਜਿਹੜੀ ਸਾਰੀ ਰਾਤ ਉਹ ਕੀ ਇੱਥੇ ਕਿਰਿਆ ਵਿਸ਼ੇਸ਼ਣ ਜੋ ਕਿ ਆਪਾਂ ਨੂੰ ਕਾਲ ਬਾਰੇ ਦੱਸ ਰਿਹਾ ਹੈ ਆਪਾਂ ਨੈਕਸਟ ਕਰਦੇ ਹਾਂ ਸਥਾਨਵਾਚਕ ਜਿਸ ਕਿਰਿਆ ਕਿਰਿਆ ਵਿਸ਼ੇਸ਼ਣ ਤੋਂ ਵਾਕ ਦੀ ਕਿਰਿਆ ਦੇ ਸਥਾਨ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਸਥਾਨਵਾਚਕ ਜਿਸ ਕਿਰਿਆ ਵਿਸ਼ੇਸ਼ਣ ਤੋਂ ਵਾਕ ਦੀ ਕਿਰਿਆ ਦੇ ਸਥਾਨ ਦਾ ਪਤਾ ਲੱਗੇ ਉਸ ਨੂੰ ਸਥਾਨਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਰਵੀ ਕਿੱਧਰ ਗਿਆ ਤਾਂ ਇੱਥੇ ਕੀ ਹੈ ਕਿੱਧਰ ਕੀ ਹੈ ਕਿਰਿਆ ਵਿਸ਼ੇਸ਼ਣ ਹੈ ਭਗਤ ਸਿੰਘ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਤਾਂ ਇੱਥੇ ਕਿਰਿਆ ਵਿਸ਼ੇਸ਼ਣ ਕੀ ਹੈ ਲਾਹੌਰ ਸੈਂਟਰਲ ਜੇਲ੍ਹ ਇੱਥੇ ਕੀ ਹੈ ਕਿਰਿਆ ਵਿਸ਼ੇਸ਼ਣ ਹੈ ਇਸ ਦੀਆਂ ਹੋਰ ਉਦਾਹਰਨਾਂ ਕੀ ਹੈ ਅੰਦਰ ਬਾਹਰ ਪਰਾਂ ਪਿੱਛੇ ਇੱਥੇ ਸੱਚੇ ਇਧਰੋਂ ਸਕੂਲੋਂ ਜਲੰਧਰੋਂ ਘਰੋਂ ਸਜਿਓ ਅਤੇ ਸਕੂਲ ਮੰਦਰ ਗਲੀ ਤੇ ਜਲੰਧਰ ਆਦਿ ਇਹ ਸਾਰੇ ਕੀ ਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਐਗਜ਼ਾਮਪਲ ਹਨ ਅੱਗੋਂ ਆਪਾਂ ਕਰਦੇ ਹਾਂ ਕਿ ਪ੍ਰਕਾਰਵਾਚਕ ਕੀ ਲਿਆ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਦਾ ਢੰਗ ਤਰੀਕਾ ਜਾਂ ਪ੍ਰਕਾਰ ਦਾ ਪਤਾ ਲੱਗੇ ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਦਾ ਢੰਗ ਤਰੀਕਾ ਜਾਂ ਪ੍ਰਕਾਰ ਦਾ ਪਤਾ ਲੱਗੇ ਉਸ ਨੂੰ ਪ੍ਰਕਾਰਵਾਚਕ ਕਹਿੰਦੇ ਹਨ ਜਿਵੇਂ ਨੌਕਰ ਨੇ ਨੇੜੇ ਹੋ ਕੇ ਪ੍ਰਣਾਮ ਕੀਤਾ ਤਾਂ ਕਿਰਿਆ ਵਿਸ਼ੇਸ਼ਣ ਕੀ ਹੈ ਨੇੜੇ ਹੋ ਕੇ ਤਾਂ ਇੱਥੇ ਕੀ ਬਣ ਰਿਹਾ ਨੇੜੇ ਹੋ ਕੇ ਉਹਨੇ ਕੀ ਕੀਤਾ ਪ੍ਰਣਾਮ ਕੀਤਾ ਇੱਥੇ ਕੀ ਹੈ ਕਿਰਿਆ ਦੇ ਹੋਣ ਦਾ ਢੰਗ ਤਰੀਕਾ ਕਿ ਉਹ ਸਨੇ ਕਿਸ ਤਰੀਕੇ ਨਾਲ ਪ੍ਰਣਾਮ ਕੀਤਾ ਨੇੜੇ ਹੋ ਕੇ ਤਾਂ ਨੇੜੇ ਹੋ ਕੇ ਕੀਤਾ ਤੇ ਉਹ ਕੀ ਹੈ ਪ੍ਰਕਾਰਵਾਚਕ ਵੀ ਹੁੰਦਾ ਆਪਾਂ ਨੂੰ ਤਰੀਕਾ ਪਤਾ ਲੱਗ ਗਿਆ ਕਿ ਉਹਨੇ ਪ੍ਰਣਾਮ ਕਰਨ ਦਾ ਤਰੀਕਾ ਕੀ ਸੀ ਹੁਣ ਆਪਾਂ ਕਰਦੇ ਆ ਨੈਕਸਟ ਮਿੰਤੀ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪ੍ਰੀਨਾਮ ਗਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪ੍ਰੀਨਾਮ ਗਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ ਉਸ ਨੂੰ ਮਿੰਤੀ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਸਿਆਣੇ ਆਦਮੀ ਥੋੜਾ ਖਾਂਦੇ ਤੇ ਘੱਟ ਬੋਲਦੇ ਹਨ ਇੱਥੇ ਕੀ ਇਹ ਕਿਰਿਆ ਵਿਸ਼ੇਸ਼ਣ ਥੋੜਾ ਤੇ ਘੱਟ ਇਥੋਂ ਆਪਾਂ ਨੂੰ ਕੀ ਪਤਾ ਲੱਗਦਾ ਸ਼ਬਦ ਤੋਂ ਕਿਸੇ ਕਿਰਿਆ ਦਾ ਪਰਿਨਾਮ ਕੀ ਹੈ ਨਤੀਜਾ ਕੀ ਹੈ ਗਿਣਤੀ ਕੀ ਹੈ ਤਜਵੇਂ ਕਿ ਸਿਆਣੇ ਆਦਮੀ ਥੋੜਾ ਖਾਂਦੇ ਤੇ ਘੱਟ ਬੋਲਦੇ ਹਨ ਖਾਂਦੇ ਥੋੜਾ ਤੇ ਘੱਟ ਮਤਲਬ ਜੇ ਸਿਆਣੇ ਆਦਮੀ ਇਹ ਥੋੜਾ ਖਾਂਦੇ ਤੇ ਘੱਟ ਬੋਲਦੇ ਆ ਥੋੜਾ ਤੇ ਘੱਟ ਇੱਥੇ ਕੀ ਆਪਾਂ ਨੂੰ ਉਹਨਾਂ ਦਾ ਪਰਿਨਾਮ ਦੱਸ ਰਿਹਾ ਤਾਂ ਇਹ ਕੀ ਹੈ ਪਰਿਨਾਮਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਹੈ ਸੰਖਿਆਵਾਚਕ ਜਿਸ ਸ਼ਬਦ ਤੋਂ ਕਿਰਿਆ ਦੇ ਦੋਹਰਾਉਣ ਦਾ ਪਤਾ ਲੱਗੇ ਉਸ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਕਿਰਿਆ ਦੇ ਦੁਹਰਾਉਣ ਦਾ ਦੁਹਰਾਉਣ ਦਾ ਪਤਾ ਲੱਗੇ ਜਿਵੇਂ ਗਰਮੀ ਇੰਨੀ ਜ਼ਿਆਦਾ ਸੀ ਕਿ ਕੋਈ ਘੜੀ ਮੁੜੀ ਪਾਣੀ ਮੰਗਰਿਆ ਸੀ ਤਾਂ ਤੁਸੀਂ ਯਾਦ ਰੱਖਿਓ ਸੰਖਿਆ ਦਾ ਪਤਾ ਲੱਗ ਰਿਹਾ ਕਿ ਸੰਖਿਆਵਾਚਕ ਜਿਹੜੇ ਸ਼ਬਦ ਤੋਂ ਕਿਰਿਆ ਦੇ ਦੁਹਰਾਉਣ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਹਨ ਕਿਰਿਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਦੁਹਰਾਉਣ ਦਾ ਪਤਾ ਲੱਗੇ ਨੈਕਸਟ ਹੈ ਨਿਰਣਾਵਾਚਕ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ ਕਿਸੇ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਕਿਤੇ ਹੋਣ ਜਾਂ ਨਾ ਕਿਤੇ ਹੋਣ ਬਾਰੇ ਨਿਰਨੇ ਦੇ ਰੂਪ ਵਿੱਚ ਕੋਈ ਆਪਾਂ ਨੂੰ ਸੂਚਨਾ ਮਿਲ ਜੇ ਉਸ ਨੂੰ ਕਹਿੰਦੇ ਆ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਅੱਗੋਂ ਇੰਨ ਐਗਜ਼ਾਮਪਲ ਹੈ ਚੰਗਾ ਜੀ ਮੈਂ ਫਿਰ ਇਹ ਨਹੀਂ ਕਰਾਂਗਾ ਤਾਂ ਕਿਰਿਆ ਵਿਸ਼ੇਸ਼ਣ ਕੀ ਹੈ ਚੰਗਾ ਜੀ ਅਰੇ ਜੀ ਕਿਹਾ ਚੰਗਾ ਜੀ ਮੈਂ ਫਿਰ ਇਹ ਨਹੀਂ ਕਰਾਂਗਾ ਇਥੋਂ ਆਪਾਂ ਨੂੰ ਕੀ ਪਤਾ ਲੱਗਦਾ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਕਿਤੇ ਜਾਂ ਨਾ ਕਿਤੇ ਬਾਰੇ ਹੋਣ ਜਾਂ ਨਾ ਹੋਣ ਉਹਨੇ ਅੱਗੋਂ ਲਿਖਿਆ ਹੋਣ ਜਾਂ ਨਾ ਹੋਣ ਤਾਂ ਚੰਗਾ ਜੀ ਤੋਂ ਕੀ ਪਤਾ ਲੱਗ ਰਿਹਾ ਉਹਨਾਂ ਨੇ ਅੱਗੋਂ ਕੀ ਲਿਖਿਆ ਚੰਗਾ ਜੀ ਮੈਂ ਫਿਰ ਨਹੀਂ ਕਰਾਂਗਾ ਇਥੋਂ ਆਪਾਂ ਨੂੰ ਪਤਾ ਲੱਗਦਾ ਵੀ ਉਹਨੇ ਕੁਝ ਕੀਤਾ ਸੀ ਤਾਂ ਉਹ ਹੁਣ ਕਹਿ ਰਿਹਾ ਕਿ ਮੈਂ ਇਸ ਤੋਂ ਬਾਅਦ ਨਹੀਂ ਕਰਾਂਗਾ ਤਾਂ ਇਹਨੂੰ ਕੀ ਕਹਿੰਦੇ ਆ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿ ਚੰਗਾ ਜੀ ਮੈਂ ਫਿਰ ਨਹੀਂ ਕਰਾਂਗਾ ਜੋ ਕਹਿ ਰਿਹਾ ਕਿ ਹਾਂਜੀ ਮੈਂ ਨਹੀਂ ਕਰਾਂਗਾ ਮਤਲਬ ਉਹਦੇ ਕੰਮ ਜਾਂ ਇੱਥੋਂ ਪਤਾ ਲੱਗਦਾ ਕਿ ਉਹਨੇ ਕੀਤਾ ਸੀ ਕੰਮ ਹੁਣ ਉਹ ਕਹਿ ਰਿਹਾ ਨਹੀਂ ਕਰਾਂਗਾ ਜਾਂ ਉਹ ਪਹਿਲਾਂ ਹੀ ਕਹਿ ਰਿਹਾ ਕਿ ਹਾਂਜੀ ਮੈਂ ਇਹ ਕੰਮ ਨਹੀਂ ਕਰਾਂਗਾ ਆਪਾਂ ਨੂੰ ਪਤਾ ਲੱਗ ਰਿਹਾ ਕਿ ਕੰਮ ਨਹੀਂ ਹੋਊਗਾ ਇੱਥੇ ਹੁਣ ਤਾਂ ਇਹਨੂੰ ਕਹਿੰਦੇ ਨਿਰਣੈਵਾਚਕ ਕਿਰਿਆ ਵਿਸ਼ੇਸ਼ਣ ਅਗਵਾ ਕਾਰਣਵਾਚਕ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਹੈ ਕਿ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਕੀਤੇ ਜਾਣ ਜਾਂ ਨਾ ਕੀਤੇ ਜਾਣ ਦਾ ਪਤਾ ਲੱਗੇ ਉਸਨੂੰ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਕਿਰਿਆ ਦੇ ਹੋਣ ਜਾਂ ਨਾ ਹੋਣ ਕਿਤੇ ਜਾਣ ਜਾਂ ਨਾ ਕੀਤੇ ਜਾਣ ਦੇ ਕਾਰਨ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਆ ਕਾਰਨਵਾਚਕ ਉਹ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਸੀ ਤੇ ਕਿਉਂ ਕਿ ਇੱਥੇ ਕੀ ਹੈ ਕਾਰਨ ਕਿਉਂਕਿ ਇੱਥੇ ਕਾਰਨ ਬਾਰੇ ਦੱਸ ਰਿਹਾ ਹੈ ਕਾਰਨ ਕੀ ਹੈ ਇਹਨੂੰ ਕੀ ਕਹਿੰਦੇ ਆ ਕਾਰਨਵਾਚਕ ਕਾਰਨ ਕੀ ਹੈ ਕਿ ਉਹ ਸਕੂਲ ਨਹੀਂ ਆਇਆ ਕਿਉਂਕਿ ਉਹ ਬਿਮਾਰ ਸੀ ਤਾਂ ਕਿਉਂਕਿ ਇੱਥੇ ਕੀ ਬਣਿਆ ਉਹਦਾ ਕਾਰਨ ਹੈ ਕਿ ਉਹ ਸਕੂਲ ਕਿਉਂ ਨਹੀਂ ਆਇਆ ਤੁਸੀਂ ਯਾਦ ਰੱਖਣਾ ਕਾਰਨਵਾਚਕ ਅਗੋਂ ਹੈ ਤਕੀਦ ਵਾਚਕ ਕਿਰਿਆ ਵਿਸ਼ੇਸ਼ਣ ਕਿ ਜਿਹੜੇ ਸ਼ਬਦ ਕਿਸੇ ਕਾਰਜ ਦੀ ਤਕੀਦ ਪੁਸ਼ਟੀ ਜਾਂ ਪਰੋੜਤਾ ਕਰਨ ਉਸ ਨੂੰ ਤਕੀਦ ਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਹੜੇ ਕਿਸੇ ਕਾਰਜ ਦੀ ਤਕੀਦ ਪੁਸ਼ਟੀ ਪੁਸ਼ਟੀਕਰਨ ਜਾਂ ਪਰੋੜਤਾ ਕਰਨ ਉਸ ਨੂੰ ਤਕੀਦ ਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਕੁਝ ਵਿਆਕਰਨਾਂ ਵਿੱਚ ਇਸ ਨੂੰ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਵੀ ਕਿਹਾ ਗਿਆ ਹੈ ਕੁਝ ਵਿਆਕਰਨ ਦੋ ਲਿਖਿਆ ਕਿ ਕੁਝ ਵਿਆਕਰਨਨਾਮ ਵਿੱਚ ਇਸ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਵੀ ਕਿਹਾ ਗਿਆ ਹੈ ਜਿਵੇਂ ਉਹ जरूर ਇੱਥੇ ਆਵੇਗਾ ਤਾਂ ਕਿਰਿਆ ਵਿਸ਼ੇਸ਼ਣ ਇੱਥੇ ਕੀ ਹੈ जरूर ਜਿਹੜਾ ਕਿਰਿਆ ਵਿਸ਼ੇਸ਼ਣ ਇੱਥੇ ਕੀ ਹੈ जरूर ਇੱਥੇ ਕੀ ਹੈ ਥੱਲੇ ਤੁਸੀਂ ਦੇਖੋ ਕੀ ਲਿਖਿਆ जरूर ਕਿ ਉਹ जरूर ਇੱਥੇ ਆਵੇਗਾ ਕਿ ਉੱਥੇ ਪੁਸ਼ਟੀ ਹੋਈ ਹੈ ਇੱਥੇ ਪੁਸ਼ਟੀ ਹੁੰਦੀ ਹੈ ਵੀ ਉਹ जरूर ਆਵੇਗਾ ਤਾਂ ਪੁਸ਼ਟੀ करिए ਤਾਂ ਉੱਥੇ ਕੀ ਆਏਗਾ ਤਕੀਦਵਾਚਕ ਕਿਰਿਆ ਵਿਸ਼ੇਸ਼ਣ ਤਾਂ ਕੋਈ ਇੱਕ ਲੈਨ ਪੜੋ ਤੁਸੀਂ ਜਿੱਥੇ ਲਿਖਿਆ ਕੁਝ ਵਿਆਕਰਨਾ ਹੋ ਜਿਸ ਨੂੰ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਵੀ ਆ ਗਿਆ ਹੈ ਤੁਸੀਂ ਯਾਦ ਰੱਖਣਾ ਹੈ ਤਾਂ ਬਨੇ ਰਹੋ ਹੋਰ ਵੀ ਜਿਹੜੀਆਂ ਤੁਹਾਨੂੰ ਵੀਡੀਓ ਦਿੰਦੇ ਰਵਾਂਗੇ ਪੀਐਸ ਚਟ ਦੇ ਨੋਟਸ ਦੀਆਂ ਤਾਂ ਤੁਹਾਨੂੰ ਸਿਲੇਬਸ ਵਧੀਆ ਜਿਹੜੇ ਟੋਪਿਕ ਕਵਰ ਕਰਾਵਾਂਗੇ ਤਾਂ ਜਿਹੜੀ ਪੀਐਸ ਚਟ ਦੀ ਕਲਾਸ ਚੱਲਦੀ ਹੈ ਰਾਤ ਨੂੰ ਤੁਸੀਂ ਉਹ ਵੀ ਲਾਇਆ ਕਰੋ ਤਾਂ ਕੋਈ ਨਿਊਜ਼ ਆਈ ਟੀਚਰ ਨੂੰ ਲੈ ਕੇ ਉਹ ਵੀ ਦੇਵਾਂਗੇ ਬਨੇ ਰਹੋ ਤੁਸੀਂ ਸਾਡੇ ਨਾਲ ਧੰਨਵਾਦ